मैं मनजीत कौर स्वागत करती हूँ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਬੇਸਣ ਦੀ ਪੰਜੀਰੀ ਬਣਾ ਕੇ ਤਿਆਰ ਕਰਾਂਗੇ, ਤੇ ਇਹ ਬੇਸਣ ਦੀ ਪੰਜੀਰੀ ਜਿਹੜੀ ਆਪਾਂ ਥੋੜੀ ਅਲੱਗ ਤਰੀਕੇ ਦੇ ਨਾਲ ਬਣਾਉਣੀ ਆ। ਸਰਦੀ ਦੇ ਮੌਸਮ ਦੇ ਵਿੱਚ ਇਹ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਆ। ਇਹਦੇ ਵਾਸਤੇ ਦੇਖੋ 2 ਕਿਲੋ ਆਪਾਂ ਬੇਸਣ ਲਿਆ ਆ। 2 ਕਿਲੋ ਬੇਸਣ ਦੇ ਵਿੱਚ 2.25 ਕਿਲੋ ਜਿਹੜੀ ਆ ਆਪਾਂ ਸ਼ੱਕਰ ਪਾਵਾਂਗੇ। ਸ਼ੱਕਰ ਦੀ ਜਗ੍ਹਾ ਤੇ ਤੁਸੀਂ ਦੇਸੀ ਬੂਰਾ ਖੰਡ ਵੀ ਲੈ ਸਕਦੇ ਹੋ, ਬਾਕੀ ਮਿੱਠਾ ਜਿਹੜਾ ਆ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹੋ ਜਿੰਨਾ ਕੁ ਤੁਸੀਂ ਲੈਣਾ ਚਾਹੁੰਦੇ ਹੋ। 100 ਗ੍ਰਾਮ ਆਪਾਂ ਖਸਖਸ ਲਈ ਆ ਤੇ 1 ਗੁੱਟ ਜਿਹੜਾ ਆ ਆਪਾਂ ਨਾਰੀਅਲ ਦਾ ਲਿਆ ਆ। ਇਹ ਖਸਖਸ ਜਿਹੜੀ ਆ ਆਪਾਂ ਇਹਦੀ ਗੁੱਟ ਦੇ ਵਿੱਚ ਭਰ ਕੇ ਉੱਪਰੋਂ ਦੀ ਇਹਨੂੰ ਆਪਾਂ ਆਟੇ ਦੇ ਨਾਲ ਬੰਦ ਕਰ ਦੇਣਾ ਆ, ਤੇ ਐਦਾਂ ਜਿਹੜਾ ਇਹਦਾ ਥੋੜਾ ਜਿਹਾ ਇਹਦਾ ਸੁਰਾਖ ਜਿਹੜਾ ਕਰ ਲੈਣਾ ਤਾਂ ਕਿ ਖਸਖਸ ਜਿਹੜੀ ਆ ਸਾਡੀ ਭਰੀ ਜਾਵੇ। ਉਸ ਤੋਂ ਬਾਅਦ ਇਹਨੂੰ ਆਪਾਂ ਘਿਓ ਦੇ ਵਿੱਚ ਭੁੰਨਣਾ ਆ। 2 ਚਮਚੇ ਕਾਲੀ ਮਿਰਚ ਦਾ ਜਿਹੜਾ ਪਾਊਡਰ ਲਿਆ ਆ, 1 ਕੌਲੀ ਫੁੱਲ ਮਖਾਣੇ ਲਏ ਆ, ਤੇ ਪਾਈ ਆ ਜਿਹੜੇ ਬਦਾਮ ਲਏ ਆ, ਬਦਾਮ ਜਿਹੜੇ ਆਪਾਂ ਇਹਦਾ ਕੱਟ ਲਏ ਆ। ਬਾਕੀ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਡਰਾਈ ਫਰੂਟਸ ਪਾਉਣਾ ਚਾਹੋ ਤਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਪਾ ਸਕਦੇ ਹੋ। 2.25 ਕਿਲੋ ਆਪਾਂ ਘਿਓ ਲਿਆ ਆ, ਜੇ ਸਾਨੂੰ ਲੱਗੂਗਾ ਕਿ ਘਿਓ ਹੋਰ ਪਾਉਣਾ ਚਾਹੀਦਾ ਆ ਫਿਰ ਅਸੀਂ ਘਿਓ ਜਿਹੜਾ ਆ ਹੋਰ ਪਾ ਲੈਣਾ ਆ। ਕੜਾਈ ਦੇ ਵਿੱਚ ਆਪਾਂ ਘਿਓ ਪਾ ਲੈਣਾ ਆ। ਘਿਓ ਨੂੰ ਪਹਿਲਾਂ ਗਰਮ ਕਰ ਲਾਂਗੇ। ਜਦੋਂ ਤੱਕ ਘਿਓ ਜਿਹੜਾ ਸਾਡਾ ਗਰਮ ਹੁੰਦਾ ਇਹਦੇ ਵਿੱਚ ਆਪਾਂ ਖਸਖਸ ਭਰ ਲੈਣੀ ਹੈ। ਇੱਦਾਂ ਕਾਗਜ਼ ਜਿਹੜਾ ਇੱਧਰ ਰੱਖ ਲਾਂਗੇ। ਇਹਦੇ ਨਾਲ ਆਪਾਂ ਇਹਨੂੰ ਏਦਾਂ ਚੰਗੀ ਤਰ੍ਹਾਂ ਬੰਦ ਕਰ ਦੇਣਾ ਹੈ। ਘਿਓ ਗਰਮ ਹੋ ਗਿਆ, ਇਹਨੂੰ ਗੁੱਟ ਨੂੰ ਆਪਾਂ ਘਿਓ 'ਚ ਹੁਣ ਭੁੰਨਣਾ ਆ। ਪਹਿਲਾਂ ਘਿਓ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ, ਉਸ ਤੋਂ ਬਾਅਦ ਫਿਰ ਜਿਹੜਾ ਸੇਕ ਆ ਮੀਡੀਅਮ ਜਿਹਾ ਕਰ ਲੈਣਾ ਹੈ। ਮੀਡੀਅਮ ਸੇਕ ਦੇ ਉੱਤੇ ਇਹਨੂੰ ਭੁੰਨਣਾ ਫਿਰ। ਪਹਿਲਾਂ ਇੱਕ ਸਾਈਡ ਤੋਂ ਆਪਾਂ ਸੇਕ ਲੱਗਣ ਦੇਵਾਂਗੇ, ਜਦੋਂ ਇੱਕ ਸਾਈਡ ਤੋਂ ਸਿੱਕ ਜੂਗਾ ਫਿਰ ਇਹਨੂੰ ਦੂਸਰੀ ਸਾਈਡ ਆਪਾਂ ਪਲਟ ਦੇਣਾ ਆ। 10-12 ਮਿੰਟ ਘੱਟੋ ਘੱਟ ਲਾਣੇ ਆ ਇਹਨੂੰ ਭੁੰਨਣ ਵਾਸਤੇ। ਗੁੱਟ ਦੇਖੋ ਜਿਹੜਾ ਸਾਡਾ ਭੁੰਨਿਆ ਗਿਆ ਇਹਨੂੰ ਆਪਾਂ ਪਲੇਟ 'ਚ ਕੱਢ ਲੈਣਾ ਆ। ਪਲੇਟ 'ਚ ਕੱਢ ਕੇ ਇਹਨੂੰ ਆਪਾਂ ਠੰਡਾ ਕਰਾਂਗੇ। ਠੰਡਾ ਕਰਕੇ ਇਹਨੂੰ ਅਸੀਂ ਕੁੱਟਣਾ ਆ, ਤੇ ਉਦੋਂ ਤੱਕ ਆਪਾਂ ਗੈਸ ਬੰਦ ਕਰ ਦੇਣੀ ਆ। ਗੈਸ ਬੰਦ ਕਰਕੇ ਘਿਓ ਨੂੰ ਵੀ ਠੰਡਾ ਕਰ ਲੈਣਾ ਆ। ਇਹਦਾ ਆਟਾ ਜਿਹੜਾ ਆ ਆਪਾਂ ਇਹਦਾ ਉੱਪਰ ਉਤਾਰ ਲੈਣਾ ਆ। ਖਸ ਖਸ ਤੇ ਝੂਠੀ ਜਿਹੜੀ ਆ ਸਾਡੀ ਕੁੱਟੀ ਗਈ। ਘਿਓ ਜਿਹੜਾ ਆ ਆਪਾਂ ਥੋੜਾ ਜਿਹਾ ਠੰਡਾ ਕਰ ਲਿਆ, ਹੁਣ ਬੇਸਣ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾ ਦਿੰਦੇ। ਸੇਕ ਜਿਹੜਾ ਆ ਮੀਡੀਅਮ ਰੱਖਣਾ ਆ, ਜ਼ਿਆਦਾ ਤੇਜ਼ ਸੇਕ ਦੇ ਉੱਤੇ ਨਹੀਂ ਇਹਨੂੰ ਭੁੰਨਣਾ, ਕਿਉਂਕਿ ਫਿਰ ਨਹੀਂ ਤਾਂ ਬੇਸਣ ਜਿਹੜਾ ਆ ਅੰਦਰੋਂ ਫਿਰ ਕੱਚਾ ਰਹਿ ਜਾਂਦਾ ਆ। ਬੇਸਣ ਜਿਹੜਾ ਅੱਗੇ ਨਾਲੋਂ ਦੇਖੋ ਥੋੜਾ ਜਿਹਾ ਭੁੰਨਿਆ ਗਿਆ। ਸੇਕ ਜਿਹੜਾ ਆ ਜ਼ਿਆਦਾ ਨਹੀਂ ਤੇਜ਼ ਕਰਨਾ, ਸੇਕ ਦਾ ਧਿਆਨ ਰੱਖਣਾ ਬੇਸਣ ਨੂੰ ਭੁੰਨਣ ਲੱਗੇ, ਕਿਉਂਕਿ ਨਹੀਂ ਤਾਂ ਫਿਰ ਕੱਚੇਪਣ ਦਾ ਸਵਾਦ ਰਹਿ ਜਾਂਦਾ ਆ, ਫੁੱਲਣ ਲੱਗ ਜਾਂਦਾ ਬੇਸਣ ਜਿਉਂ ਜਿਉਂ ਭੁੰਨਿਆ ਜਾਂਦਾ। ਦੇਖੋ
जाली जी बननी शुरू हो गई है। बेसन देखो ऐसा फुल गया, ये पहचान ही यह है कि जो ऐसा फुल जाए बेसन उदो बेसन अद्धा भुनिया जाता है। बेसन देखो जिहड़ा साडा भुनिया गया, गैस आपां बंद करती है, गैस बंद करके हुण इहदे विच आपां जिहड़ी कुट्टी हुई खसखस ते जिहड़ा खोपा आ उह पा देणा आ, क्योंकि ओदा भी भुनिया होया सी खसखस जिहड़ी साडी भुज्जी हुई सी हुण इह गर्म बेसन दे विच ही भुनी जाऊगी। जदों तुसीं इहदा खसखस पाणी आ उस तों बाद इहनूं 5-7 मिंट तक बेसन नूं हिलाउणा आ, बेसन नूं क्योंकि कढ़ाई भी गर्म आ बेसन भी बहुत ज़्यादा गर्म आ, ਤਾਂ ਕਰਕੇ ਇਹਨੂੰ ਇੱਦਾਂ ਛੱਡ ਦਾਂਗੇ ਜੇ ਆਪਾਂ, ਤੇ ਫਿਰ ਇਹਨੂੰ ਜ਼ਿਆਦਾ ਸੇਕ ਪੈ ਜਾਣਾ ਆ। ਜਦੋਂ ਤੱਕ ਬੇਸਣ ਜਿਹੜਾ ਠੰਡਾ ਹੁੰਦਾ ਆ ਆਪਾਂ ਬਦਾਮ ਤੇ ਜਿਹੜੇ ਫੁੱਲ ਮਖਾਣੇ ਆ ਉਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਫਰਾਈ ਕਰ ਲੈਣਾ ਆ। ਭੁੰਨ ਕੇ ਪਾਉਂਦੇ ਹਾਂ ਜਦੋਂ ਆਪਾਂ ਇੱਧਰ ਡਰਾਈ ਫਰੂਟਸ, ਫਿਰ ਉਹਨਾਂ ਦਾ ਜਿਹੜਾ ਸਵਾਦ ਆ ਹੋਰ ਵੀ ਜ਼ਿਆਦਾ ਵਧੀਆ ਆਉਂਦਾ। ਬਾਕੀ ਇਹਦੇ ਵਿੱਚ ਤੁਸੀਂ ਚਾਰੇ ਮਗਜ਼ ਵੀ ਪਾ ਸਕਦੇ ਹੋ, ਗੂੰਦਾ ਵੀ ਪਾ ਸਕਦੇ ਹੋ, ਜੇ ਹੋਰ ਕੋਈ ਚੀਜ਼ ਜਿਹੜੀ ਤੁਸੀਂ ਆਪਣੇ ਪਸੰਦ ਦੀ ਪਾਣੀ ਚਾਹੋ ਤਾਂ ਸਾਰਾ ਕੁਛ ਇਹਦੇ 'ਚ ਪਾ ਸਕਦੇ ਹੋ। 2 ਕੁ ਮਿੰਟ ਤੱਕ ਆਪਾਂ ਇਹਨੂੰ ਫਰਾਈ ਕਰ ਲਿਆ, ਬਸ ਇਸ ਤੋਂ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਣਾ, ਇਹਨੂੰ ਵੀ ਆਪਾਂ ਬੇਸਣ ਦੇ ਵਿੱਚ ਹੀ ਪਾ ਲੈਣਾ ਆ। ਬਾਕੀ ਦਾ ਜਿਹੜਾ ਘਿਓ ਇਹ ਵੀ ਪਾਉਣਾ, ਕੌਲੀ ਕੁ ਘਿਓ ਜਿਹੜਾ ਆਪਾਂ ਕੱਢਿਆ ਸੀ ਉਹਦੇ ਵਿੱਚੋਂ 2.25 ਕਿਲੋ ਘਿਓ ਜਿਹੜਾ ਆਪਾਂ ਲਾਇਆ ਬੇਸਣ ਦੇ ਫੁੱਲ ਮਖਾਣੇ ਇਹ ਵੀ ਅੱਜ ਤਲ ਲਾਂਗੇ। ਫੁੱਲ ਮਖਾਣੇ ਵੀ ਜਿਹੜੇ ਸਾਡੇ ਹੋ ਗਏ ਤਲੇ ਗਏ ਆ, ਗੈਸ ਆਪਾਂ ਬੰਦ ਕਰ ਦੇਣੀ ਹੈ, ਇਹਨੂੰ ਵੀ ਆਪਾਂ ਬੇਸਣ ਚੀਜ਼ ਪਾ ਲੈਣਾ ਹੈ। ਇਹ ਦੇਖੋ ਸਾਫ਼ਤੀ ਪਾਏ ਆ ਮੈਂ ਫੁੱਲ ਮਖਾਣੇ, ਬਾਕੀ ਜੇ ਇਹਨਾਂ ਨੂੰ ਤੁਸੀਂ ਤੋੜਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਥੋੜ੍ਹਾ ਜਿਹਾ ਠੰਡਾ ਕਰ ਲੈਣਾ ਹੈ, ਠੰਡਾ ਕਰਕੇ ਤੁਸੀਂ ਇਹਨੂੰ ਤੋੜ ਸਕਦੇ ਹੋ। ਕਾਲੀ ਮਿਰਚ ਵੀ ਪਾ ਲਓ, 2 ਚਮਚੇ ਜਿਹੜੇ ਕਾਲੀ ਮਿਰਚ ਦੇ ਲਏ ਆ ਇਹ ਵੀ ਪਾ ਦੇਣੀ। ਇਹਨਾਂ ਨੂੰ ਆਪਾਂ ਮਿਲਾ ਦੇਣਾ ਤੇ ਜਿਹੜੀ ਹੁਣ ਸ਼ੱਕਰ ਆ ਸ਼ੱਕਰ ਥੋੜ੍ਹੀ ਥੋੜ੍ਹੀ ਕਰਕੇ ਪਾਣੀ ਸ਼ੁਰੂ ਕਰ ਦੇਣੀ ਆ। ਸਾਰੀਆਂ ਚੀਜ਼ਾਂ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਰਲਾ ਲਾਂਗੇ। ਸਾਰਾ ਕੁਛ ਦੇਖੋ ਜਿਹੜਾ ਆਪਾਂ ਰਲਾ ਲਿਆ, ਪੰਜੀਰੀ ਜਿਹੜੀ ਆ ਸਾਡੀ ਬੇਸਣ ਦੀ ਅਤੇ ਖਸਖਸ ਵਾਲੀ ਬਣ ਕੇ ਤਿਆਰ ਆ, ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਤੁਸੀਂ ਇਹਨੂੰ ਇਸੇ ਤਰੀਕੇ ਦੇ ਨਾਲ ਬਣਾ ਕੇ ਖਾਇਓ। ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ 'ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।